ਦੇਖ ਕੇ ਆਉਂਦੀ ਹੈ, ਭਲਾ ਹਰਪ੍ਰੀਤ ਘਰੇ ਹੈ, ਭਰ ਕੇ ਆਉਂਦੀ ਉਹਦੇ ਕੰਨ ਵੀ ਦੇਖ ਲੈ ਤੇਰੀ ਨਣਦ ਆਈ ਹੈ, ਤੇਰੇ ਕੰਨੀ ਤਾਂ ਆ ਕੇ ਨਹੀਂ ਖੜੀ, ਆ ਖੜੀ ਹੈ। ਹੋਰ ਹਰਪ੍ਰੀਤ ਕਿਵੇਂ ਹੈ? ਵਧੀਆ ਤਾਈ, ਤੁਸੀਂ ਦੱਸੋ ਕਿਵੇਂ ਹੋ? ਠੀਕ ਹੈ ਪੁੱਤ। ਅਤੇ ਰਾਜਪਾਲ ਨਹੀਂ ਦੀਦਾ? ਉਹਦੇ ਇੱਧਰ ਨੂੰ ਗਏ ਹੋਏ ਨੇ। ਹੋਰ ਦੱਸ, ਕੰਮ ਧੰਦਾ ਠੀਕ ਹੈ? ਤਾਈ ਕੰਮ ਧੰਦਾ ਤਾਂ ਠੀਕ ਹੈ, ਬਸ ਹੋ ਹੀ ਜਾਂਦਾ ਟਾਈਮ ਪਾਸ ਜਾ। ਨਹੀਂ ਚੱਲ ਪੁੱਤ, ਕਹਿੰਦੇ ਹੁੰਦੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਟਾਈਮ ਪਾਸ ਹੋ ਜੇ ਉਹੀ ਬਥੇਰਾ। ਹਾਂ ਤਾਈ ਇਹ ਤਾਂ ਹੈ, ਅਤੇ ਮੈਂ ਪੁੱਛਦੀ ਸੀ ਕਿਵੇਂ ਆਈ। ਨਹੀਂ ਮੈਂ ਤਾਂ ਕਿਵੇਂ ਕੀ ਆਈ, ਤੇਰੀ ਨਣਦ ਆਈ ਹੈ, ਤੈਨੂੰ ਪਤਾ? ਹਾਂ ਤਾਈ ਮੈਨੂੰ ਪਤਾ। ਨਹੀਂ ਮੈਂ ਤਾਂ ਕਾਰ 'ਚ ਉਤਰਦੀ ਨਹੀਂ ਦੇਖਿਆ ਸੀ, ਐਡੇ ਐਡੇ ਝੋਲੇ ਲਿਆਈ ਆ ਭਰ ਕੇ। ਅੱਛਾ ਤਾਈ। ਹਾਂ ਨਾ ਤੇਰੇ ਕਨੀ ਆਈ ਨਹੀਂ? ਨਾ ਮੇਰੇ ਕੋਲ ਤਾਂ ਆਈ ਨਹੀਂ ਹਜੇ। ਨਾ ਇਹੋ ਜਿਹੀਆਂ ਨਣਦਾਂ ਤੂੰ ਕੀ ਕਰਾਉਣਾ, ਜਦੋਂ ਭਰਾ ਭਰਜਾਈ ਨੂੰ ਚੰਗਾ ਹੀ ਨਹੀਂ ਸਮਝਣਾ, ਦੇਖ ਲੈ ਤੇਰੇ ਕੋਲ ਆ ਕੇ ਨਹੀਂ ਖੜੀ। ਉਹੀ ਤਾਂ ਗੱਲ ਹੈ ਤਾਈ, ਬਸ ਜਿੰਨਾ ਕੁ ਮੇਰਾ ਕਰ ਲੂਗੀ ਓਨਾ ਕੁ ਕਰਵਾ ਲੂਗੀ। ਨਹੀਂ ਤਾਂ ਹੀ ਤਾਂ ਕਦਰ ਘਟਾ ਲੈਂਦੀਆਂ, ਫਿਰ ਕਹਿੰਦੀਆਂ ਕਿ ਭਰਜਾਈਆਂ ਸਿਆਣਦੀਆਂ ਨਹੀਂ, ਜਦੋਂ ਆਪ ਨਹੀਂ ਤੁਸੀਂ ਭਰਜਾਈਆਂ ਨੂੰ ਸਿਆਣ ਦਿਓ। ਉਹੀ ਤਾਂ ਗੱਲ ਹੈ ਤਾਈ, ਪਰ ਚੰਗਾ ਹੀ ਆ ਜੇ ਇੱਧਰ ਆਉਂਦੇ ਤਾਂ ਵੱਧ ਤਾਂ ਖਰਚੇ ਕਰਵਾ ਕੇ ਜਾਂਦੇ, ਨਾ ਆਵੇ ਵਧੀਆ। ਨਹੀਂ ਉਹ ਤਾਂ ਗੱਲ ਠੀਕ ਹੈ ਪੁੱਤ ਤੇਰੀ, ਪਰ ਖਰਚੇ ਦੀ ਗੱਲ ਨਹੀਂ ਹੁੰਦੀ, ਇਹ ਤਾਂ ਮਾਨਤਾਨ ਹੋ ਜਾਂਦਾ ਧੀ ਭੈਣ ਦਾ। ਤਾਈ ਜਦੋਂ ਆਪ ਹੀ ਨਹੀਂ ਮਾਨਤਾਨ ਕਰਵਾ ਕੇ ਰਾਜੀ ਤਾਂ ਫਿਰ ਅਸੀਂ ਕਿਵੇਂ ਕਰ ਦਈਏ? ਨਹੀਂ ਜਦੋਂ ਪਹਿਲਾਂ ਆਈ ਸੀ ਉਦੋਂ ਵੀ ਮੈਂ ਤਾਂ ਉੱਧਰੋਂ ਹੀ ਦੇਖੀ ਸੀ ਤੇਰੀ ਸੱਸ ਕਨੀ, ਤੇਰੀ ਸੱਸ ਕਿਹੜਾ ਚੱਜਦੀ ਹੈ, ਨਹੀਂ ਉਹ ਕਹੇ ਵੀ ਭਾਈ ਤੈਨੂੰ ਤਾਂ ਦੋਨੇ ਭਰਾ ਇੱਕੋ ਜਿਹੇ ਆ, ਤੂੰ ਉੱਧਰ ਵੀ ਲਾ ਕੇ ਆ 4 ਦਿਨ। ਮੰਮੀ ਤਾਂ ਆਪ ਨਹੀਂ ਆਉਂਦੀ, ਉਹਨੂੰ ਕਿੱਥੇ ਕਹੂਗੀ? ਉਹ ਤਾਂ ਉਹਦੇ ਮੂਹਰੇ ਗੋਲੀ ਲੱਗੀ ਰਹਿੰਦੀ ਹੈ, ਮੈਂ ਤਾਂ ਜਦੋਂ ਜਾਂਦੀ ਆ ਕਦੇ ਭਾਂਡੇ ਮਾਂਜਦੀ ਹੁੰਦੀ ਹੈ, ਕਦੇ ਸਬਜ਼ੀ ਧਰੀ ਜਾਂਦੀ ਹੁੰਦੀ ਹੈ, ਕਦੇ ਨਹੀਂ ਮੈਂ ਤਾਂ ਦੇਖਿਆ ਉਹਨੂੰ ਮਾਂ ਦੀ ਧੀ ਨੂੰ ਵੀ ਅੱਜ ਮੰਜੇ 'ਤੇ ਬੈਠੀ ਹੈ। ਨਾ ਜੇ ਮੰਮੀ ਮੇਰੇ ਕੋਲ ਆਉਂਦੀ ਹੈ ਤਾਂ ਮੇਰੇ ਤੋਂ ਬੈਠੀ ਭਾਲਦੀ ਆ, ਉਹਦੇ ਅੱਗੇ ਪਿੱਛੇ ਕੰਮ ਕਰਦੀ ਫਿਰਦੀ ਆ। ਨਹੀਂ ਕਿੱਥੇ, ਤੂੰ ਜਾ ਕੇ ਦੇਖੀ ਕਦੇ, ਚੋਰੀਆਂ ਸਾਰਾ ਦਿਨ ਐਂ ਲੱਗੀ ਰਹਿੰਦੀ ਹੈ ਜਿਵੇਂ ਕੋਈ ਨੌਕਰ ਨਹੀਂ ਹੁੰਦੀ ਹੈ। ਮੈਂ ਤਾਂ ਕੀ ਕਰਨਾ ਤਾਈ ਜਾ ਕੇ ਉੱਧਰ, ਮੈਂ ਤਾਂ ਉਹੀ ਨਹੀਂ ਜਾਂਦੀ। ਨਹੀਂ ਵਧੀਆ, ਤੂੰ ਤਾਂ ਉਹਨਾਂ ਦੇ ਮੂੰਹ ਨਾ ਹੀ ਲੱਗ, ਇੱਥੇ ਵਧੀਆ ਆਪਦਾ ਐਸ਼ ਨਾਲ ਰਹਿਣੀ ਹੈ, ਜਿੰਨਾ ਹੁੰਦਾ ਉਹਨਾਂ ਕਰ ਲੈਣੀ ਹੈ, ਉਹਨਾਂ ਦਾ ਗੋਲਾ ਧੰਦਾ ਕਰਨ ਨਾਲੋਂ ਤਾਂ ਚੰਗੀ ਹੈ ਤੂੰ। ਉਹੀ ਤਾਂ ਗੱਲ ਹੈ ਤਾਈ, ਕਿਸੇ ਦੇ ਹੈ ਨਹੀਂ ਖੈ ਨਹੀਂ, ਆਪਦਾ ਕਰਦੀ ਹਾਂ ਆਪਦਾ ਖਾਂਦੀ ਹਾਂ। ਨਾ ਨਾਲੇ ਪ੍ਰਾਹੁਣਾ ਨਹੀਂ ਆਉਂਦਾ ਇੱਧਰ? ਤਾਈ ਪ੍ਰਾਹੁਣੇ ਨਹੀਂ ਕਿੱਥੋਂ ਆਉਣ, ਜਦੋਂ ਸਾਡੀ ਕੁੜੀ ਨਹੀਂ ਆਉਂਦੀ ਤੇ ਬਗਾਨਾ ਪੁੱਤ ਕਿੱਥੋਂ ਆਜੂ ਸਾਡੇ ਘਰੇ? ਪਤਾ ਨਹੀਂ ਕੀ ਕੰਨ ਭਰੇ ਇਹਨਾਂ ਨੇ, ਇੱਕ ਦਿਨ ਆ ਕੇ ਨਹੀਂ ਖੜਾ ਸਾਡੇ ਤਾਂ। ਨਹੀਂ ਕੰਨ ਤਾਂ ਭਰੇ ਹੀ ਹੈ ਧੀਏ, ਐਂ ਕਹਿੰਦੇ ਵੀ ਸਾਡਾ ਪ੍ਰਾਹੁਣਾ ਸਰਕਾਰੀ ਨੌਕਰੀ ਲੱਗਿਆ, ਵੀ ਇਹ ਗਰੀਬ ਹੈ, ਸੋਨੂੰ ਨੀਵਾਂ ਦਿਖਾਉਂਦੇ ਆ ਪ੍ਰਾਹੁਣੇ ਦੀਆਂ ਨਜ਼ਰਾਂ 'ਚ। ਗੱਲ ਤਾਂ ਸਹੀ ਹੈ ਤੇਰੀ ਤਾਈ, ਸਾਡੀ ਕੁੜੀ ਨਹੀਂ ਚੱਜਦੀ, ਇਹ ਨਹੀਂ ਕੰਨ ਭਰੇ ਹੋਣਗੇ, ਉਹ ਡੀਪੀ ਮਾਸਟਰ ਨਾ ਸਾਡਾ ਪ੍ਰਾਹੁਣਾ, ਉਹਨੂੰ ਐਂ ਹੋ ਗਿਆ ਵੀ ਕਿਉਂ ਇੱਥੇ ਘਰੇ ਲੈ ਕੇ ਆਉਣਾ, ਅਸੀਂ ਤਾਂ ਕੋਠੀ ਪਾਉਣੀ ਸੀ, ਸਾਡੇ ਤਾਂ ਹਿੱਸੇ 'ਚ ਆਹ ਆ ਗਿਆ, ਹੁਣ ਤਾਂ ਅਸੀਂ ਪੈਸੇ ਜੋੜੀ ਜਾਂਦੇ ਆਪਦੀ ਕੋਠੀ ਲਵਾਂਗੇ। ਪਤਾ ਹੀ ਇਹਨਾਂ ਨੂੰ ਫੇਰ ਲੱਗੂ ਜੇ ਇਹਨਾਂ ਨੂੰ 2 ਚੰਦੇ ਚੜ੍ਹਦੇ ਉੱਤੇ ਕਰੋਗੇ ਤੁਸੀਂ। ਹਾਂ ਕੋਈ ਨਾ ਤਾਈ, ਹੁਣ ਦੇਖੀ ਜਾਈ ਤੂੰ। ਨਾ ਆਹ ਗੱਲ ਸੁਣ ਲੈ, ਦੇਖ ਲੈ ਪਰਮ ਦੀ ਸਖੀ ਭੈਣ ਹੈ ਤੇਰੀ, ਚੱਲ ਕੀ ਹੋ ਗਿਆ ਜੇ ਜਠਾਣੀ ਬਣ ਗਈ, ਉਹ ਨਹੀਂ ਸੋਚਦੀ ਵੀ ਨਾ ਭਾਈ ਤੂੰ ਮੇਰੀ ਭੈਣ ਕਨੀ ਵੀ ਗੇੜਾ ਮਾਰ ਕੇ ਆ। ਤਾਈ ਤੈਨੂੰ ਕੀ ਦੱਸਾਂ, ਸਾਡੀ ਵੱਡੀ ਦੇ ਤਾਂ ਕੰਡੇ ਬੀਜੇ, ਮੂੰਹ ਤੋਂ ਮਿੱਠੀ ਆ, ਅੰਦਰੋਂ ਮਿਸਕਮੀਨੀ ਆ, ਤਾਂ ਹੀ ਤਾਂ ਅਸੀਂ ਅੱਡ ਹੋਏ ਆ, ਪਰ ਮੈਨੂੰ ਮਾੜੀ ਬਣਾ ਦਿੰਦੀ ਆ ਦੂਜਿਆਂ ਅੱਗੇ। ਨਹੀਂ ਪੁੱਤ, ਉਹ ਕਹਿੰਦੇ ਹੁੰਦੇ ਨਾ ਆ ਕੇ ਬੋਲੀਆਂ ਨੇ ਬੋਲ ਵਿਗਾੜੇ, ਮਿੰਨਾਂ ਨੇ ਪਿੰਡ ਉਜਾੜੇ, ਮਿੰਨੀ ਹੈ ਤੇਰੀ ਭੈਣ। ਤਾਈ ਮੈਨੂੰ ਤਾਂ ਕਿਸੇ ਦੀ ਲੋੜ ਨਹੀਂ, ਨਾ ਮੇਰੀ ਭੈਣ ਦੀ, ਨਾ ਮੇਰੀ ਸੱਸ ਦੀ, ਨਾ ਮੇਰੀ ਨਨਾਣ ਦੀ, ਕੋਈ ਵੀ ਨਾ ਆਵੇ ਸਾਡੇ ਤਾਂ, ਅਸੀਂ ਤਾਂ ਆਪਦੇ ਘਰੇ ਰਾਜੇ ਆ, ਵਧੀਆ ਰਾਜ ਕਰਦੇ ਆ। ਨਹੀਂ ਰਾਜੇ ਤਾਂ ਹੈਗੇ ਹੋ, ਪਰ ਮੇਰਾ ਤਾਂ ਜਦੋਂ ਉਤਰੀ ਨਾ ਕਾਰ ਤੋਂ ਐਡੇ ਐਡੇ ਲਿਫਾਫੇ ਦੇ ਕੇ ਬੁਲਾਈ ਢਿੱਡ ਮੱਚਿਆ ਵੀ ਲੈ ਦੇਖ ਲੈ ਉਹਨੂੰ ਤਾਂ ਬਗਾਨੀ ਬਣਾ ਰੱਖੀ ਹੈ, ਇਹ ਆਪਦੇ ਹੋ ਗਏ। ਤਾਈ ਬਗਾਨੇ ਵਾਂਗੂ ਹੀ ਕਰਦੀ ਹੈ, 2 ਮਿੰਟ ਆ ਜਾਂਦੀ ਆ ਮੁੜ ਕੇ ਭੱਜ ਜਾਂਦੀ ਆ। ਨਾ ਤੈਨੂੰ ਵੀ ਕੀ ਲੋੜ ਹੈ ਫਿਰ 2 ਮਿੰਟ ਮੂੰਹ ਲਾਉਣ ਦੀ, ਤੂੰ ਵੀ ਕੁੰਡਾ ਲਾ ਕੇ ਵਗ ਜਾ ਕਰ ਬਾਹਰ ਜਦੋਂ ਤੈਨੂੰ ਪਤਾ ਲੱਗ ਜਾਵੇ ਵੀ ਤੇਰੇ ਕਨੀ ਆਉਂਦੀ ਹੈ। ਕੋਈ ਨਾ ਤਾਈ ਆਉਣ ਦੇ, ਐਕਤੀ ਮੈਂ ਬਹੁਤ ਸੁਣਾਉਂਗੀ ਉਹਨੂੰ। ਤੂੰ ਸੁਣਾ ਦੀ, ਤੈਂ ਕੀ ਲੈਣਾ ਹੈ ਜਦੋਂ ਤੇਰੀ ਨਹੀਂ ਬਣਦੀ, ਐਂ ਨਹੀਂ ਸੋਚਦੀ ਮੇਰੇ ਭਾਈ ਭਰਜਾਈ ਹੈ। ਕੋਈ ਨਾ ਮੇਰੇ ਘਰੇ ਪੈਰ ਤਾਂ ਪਾ ਕੇ ਦੇਖੇ, ਫਿਰ ਦੇਖੀ ਤੂੰ। ਵਧੀਆ, ਤੇ ਨਾਲੇ ਤੇਰੀ ਭੈਣ ਨੂੰ ਵੀ ਪਰਮ ਨੂੰ ਸੁਣਾ ਦੀ, ਵੱਡੀ ਨੂੰ। ਨਹੀਂ ਉਹ ਤਾਂ ਮੈਂ ਬਥੇਰੇ ਸੁਣਾਉਂਦੀ ਹਾਂ, ਢੀਠ ਹੈ ਉਹ ਤਾਂ।
ਆ ਤੇਰੀ ਸੱਸ ਦੀ ਦੇਖ ਲੈ ਸ਼ਰਮ ਲਾ ਰੱਖੀ ਹੈ, ਐਂ ਕਹੇ ਵੀ ਧੀਏ ਤੂੰ ਜਾ ਉੱਧਰ, ਕੋਈ ਨਾ ਜੇ ਇੱਕ ਦਿਨ ਇੱਥੇ ਆ ਤਾਂ 2 ਦਿਨ ਲਾ ਕੇ ਆ ਉੱਧਰ। ਤਾਈ ਸਭ ਰਲੇ ਮਿਲੇ ਭਗਤ ਹੈ, ਉਹਦੇ ਪਿੱਛੇ ਹੀ ਲੱਗਦੇ ਆ। ਇਹ ਥੋੜ੍ਹਾ ਜਿਹਾ ਹਕਾਰ ਨਹੀਂ ਕਰਦੀ ਪ੍ਰਾਹੁਣੇ ਦਾ ਵੀ ਸਰਕਾਰੀ ਨੌਕਰੀ 'ਤੇ? ਕੁਛ ਜ਼ਿਆਦਾ ਹਕਾਰ ਹੋਇਆ ਪਿਆ, ਸਰਕਾਰੀ ਨੌਕਰੀ ਕੀ ਲੱਗ ਗਿਆ ਨਾ। ਚੱਲ ਕੋਈ ਨਾ, ਤਾਈਂ ਕੀ ਲੈਣਾ ਹੈ, ਤੂੰ ਆਪਦੇ ਘਰੇ ਜਦੋਂ ਖੇਤੀ ਕਰਦਾ ਨਾ ਬੰਦਾ ਉਹ ਸਰਦਾਰ ਹੀ ਹੁੰਦਾ। ਉਹੀ ਤਾਂ ਗੱਲ ਹੈ ਤਾਈ। ਚੱਲ ਚੰਗਾ ਪੁੱਤ, ਮੈਂ ਤਾਂ ਜਾਂਦੀ ਹਾਂ। ਚਾਹ ਬਣਾ ਦਿੰਦੀ ਤਾਈ ਮੈਂ? ਨਹੀਂ ਨਾ, ਬਸ ਮੈਂ ਤਾਂ ਲੰਘੀ ਆਉਂਦੀ ਸੀ, ਮੈਂ ਆਖਿਆ ਚੱਲ ਮੈਂ ਹਾਲ ਚਾਲ ਪੁੱਛਿਆ ਵਾਂ, ਨਾਲੇ ਮੇਰਾ ਢਿੱਡ ਜਿਹਾ ਫਰਿਆ ਪਿਆ ਸੀ, ਮਹਾਂ ਚੱਲ ਮੈਂ ਗੱਲ ਦੱਸ ਕੇ ਆਵਾਂ। ਹਰਪ੍ਰੀਤ ਨੂੰ ਵੀ ਨਾਲ ਤਾਈ ਤੂੰ ਆ ਗਈ, ਇਕੱਲੀ ਜੀ ਫਿਰਦੀ ਸੀ, ਆ ਜਾ ਕਰ ਮੇਰੇ ਕੋਲ। ਹਾਂ ਚੱਲ ਕੋਈ ਨਾ, ਗੇੜਾ ਮਾਰ ਲਿਆ ਕਰੂੰਗੀ ਮੈਂ। ਹਾਂ ਚੱਲ ਠੀਕ ਹੈ ਤਾਈ, ਚੰਗਾ ਠੀਕ ਹੈ ਪੁੱਤ। ਹਾਂ ਮੰਮੀ, ਆ ਲੈ ਆ ਲਫਾਫਾ ਲੈ ਜਾ, ਇਹਦੇ 'ਚ ਤੁਹਾਡੇ ਦੋਨਾਂ ਦੇ ਕੱਪੜੇ ਆ, ਤੇਰੇ ਤੇ ਕੁਲਦੀਪ ਦੇ। ਅੱਛਾ ਤੇ ਉਹ ਲਫਾਫਾ? ਆ ਪੁੱਤ ਉਧਰ ਲੈ ਜੂਗੀ ਮਨਿੰਦਰ ਜਦੋਂ ਉਧਰ ਗਈ ਮਿਲਣ। ਉਹਨਾਂ ਦਾ ਲਫਾਫਾ? ਹਾਂ ਇਹ ਉਹਨਾਂ ਦਾ ਗਾ, ਇਹਦੇ 'ਚ ਉਹਨਾਂ ਦੇ ਕੱਪੜੇ ਆ ਪੁੱਤ। ਉਹਨਾਂ ਨੂੰ ਦੇਣ ਦੀ ਕੀ ਲੋੜ ਸੀ? ਲੈ ਵੇਖ ਲਾ ਕੇ ਉਹਨਾਂ ਨੂੰ ਦੇਣ ਦੀ ਕੀ ਲੋੜ ਸੀ, ਇਹਨੂੰ ਤਾਂ ਦੋਨੇ ਭਰਾ ਇੱਕੋ ਜਿਹਾ ਪੁੱਤ, ਨਾਲੇ ਤੁਸੀਂ ਪਾਠ ਤੇ ਗਏ ਨਹੀਂ ਭਾਈ, ਇਹਨੇ ਤਾਂ ਖਰੀਦੇ ਹੀ ਸੀ ਕੱਪੜੇ, ਤੁਹਾਨੂੰ ਤਾਂ ਨਹੀਂ ਸ਼ਰਮ ਆਈ? ਉਹ ਕੰਮ ਹੋ ਗਿਆ ਉਦੋਂ ਬੇਬੇ, ਤੁਹਾਨੂੰ ਪਤਾ ਤਾਂ ਹੈਗਾ ਸਾਰਾ ਕੰਮ ਤਾਂ ਛੱਡ ਕੇ ਜਾਈਦਾ ਹੁੰਦਾ ਭੈਣ ਭਰਾ ਕੋਲੇ ਜਦੋਂ ਜਾਗੇ। ਹਾਂ ਸਾਰਾ ਕੁਝ ਤਾਂ ਪਤਾ ਹੈਗਾ, ਗਏ ਕਿਉਂ ਨਹੀਂ? ਮੈਨੂੰ ਤਾਂ ਸਾਰਾ ਕੁਝ ਹੀ ਪਤਾਗਾ, ਹੁਣ ਤੂੰ ਮੈਨੂੰ ਦੁਬਾਰੇ ਨਾ ਦੱਸ, ਮੈਂ ਤੈਨੂੰ ਦੱਸਾਂ ਮੈਨੂੰ ਗੁੱਸਾ ਚੜਾਏਗਾ, ਮੈਂ ਇਕੱਲੀ ਗਈ ਸੀ, ਮੈਨੂੰ ਕੰਮ ਨਹੀਂ ਸੀ ਘਰੇ? ਕੋਈ ਨਾ ਫਿਰ ਐ ਹੁਣ ਕੰਮ ਹੋ ਹੀ ਜਾਂਦਾ ਬੰਦੇ ਨੂੰ ਮਨਿੰਦਰ। ਨਾ ਇਹ ਜਵਾਕੜੀ, ਇਹ ਜਵਾਕੜੀ ਉੱਥੇ ਡੀਕਦੀ ਰਹੀ। ਮੇਰੇ ਦੋ ਭਰਾ ਦੋਹਾਂ ਚੋਂ ਇੱਕ ਵੀ ਨਹੀਂ ਆ ਕੇ ਖੜਿਆ, ਉਹ ਗਏ ਨਹੀਂ ਉਧਰ ਲਈ। ਲੈ ਵੇਖ ਲੈ, ਜਿਵੇਂ ਪਤਾ ਹੀ ਨਹੀਂ ਹੁੰਦਾ ਵੇ ਕਿਵੇਂ। ਇਹਨਾਂ ਨੂੰ ਸਾਰਾ ਹੀ ਪਤਾ ਹੈਗਾ, ਇਹ ਮੱਥ ਕੇ ਹੀ ਨਹੀਂ ਗਏ ਵੀ ਉਹ ਨਹੀਂ ਜਾਂਦੇ ਅਸੀਂ ਨਹੀਂ ਜਾਂਦੇ, ਮੈਨੂੰ ਉਹਨਾਂ ਨੇ ਇਹੀ ਗੱਲ ਕਹੀ ਸੀ। ਉਹ ਕਾਹਨੂੰ ਕੰਮ ਪੈ ਗਿਆ ਹੁਣ? ਕੰਮ ਕਿਹੜਾ ਪੈ ਗਿਆ ਵੀਰੇ, ਊਂ ਕਿਤੇ ਹੋਰ ਜਾਣਾ ਹੋਵੇ ਤਾਂ ਬਥੇਰਾ ਭੱਜ ਕੇ ਜਾ ਵੜਦੇ ਤੁਸੀਂ ਵੀ। ਉਹ ਨਹੀਂ ਲਹਿ ਦੇ ਕਮਲੀ, ਜਾਇਆ ਨਹੀਂ ਗਿਆ ਤੂੰ, ਕੋਈ ਨਹੀਂ ਚੱਲ ਫੇਰ ਆਵਾਂਗੇ ਜਦੋਂ ਤੂੰ ਪ੍ਰੋਗਰਾਮ ਰੱਖਿਆ ਕੋਈ। ਕੋਈ ਨਾ ਵੀਰੇ, ਚੱਲ ਕੋਈ ਨਾ ਭਾਈ, ਤੁਹਾਡੀ ਮਰਜ਼ੀ ਆ, ਜਿਹੋ ਜਿਹਾ ਤੁਸੀਂ ਜਾਓਗੇ ਉਹ ਜਾਏ। ਉਹਨਾਂ ਦੇ ਕੱਪੜਿਆਂ ਨੂੰ ਕੀ ਸੀ, ਉਹਨਾਂ ਦੇ ਵਾਧੂ ਕੱਪੜੇ ਪਏ, ਮੈਨੂੰ ਹੀ ਲਿਆਂਦੀ 2-4 ਹਜ਼ਾਰ ਦੇ ਹੋਰ ਮਹਿੰਗੇ ਤੂੰ, ਤਾਂ ਹੀ ਤਾਂ ਹੈਗੀ ਹੁਣ। ਤੇ ਲੈ ਵੀਰੇ ਕੋਈ ਨਾ, ਤੇਰੇ ਵੀ ਮਹਿੰਗੇ ਲੈ ਕੇ ਆਈ ਕੱਪੜੇ, ਤੇਰੇ ਕਹਿੰਦੇ ਸਸਤੇ ਲੈ ਕੇ ਆਉਂਦੇ ਆ, ਨਾਲੇ ਜੇ ਤੇਰਾ ਹੱਕ ਨਾ ਜਿੰਨਾ ਉਹਨਾਂ ਹੀ, ਉਹਦਾ ਹੱਕ ਵੀ ਬਣਦਾ ਹੀ ਹੈ ਕੱਪੜਿਆਂ ਦਾ। ਉਹ ਹੱਕ ਤਾਂ ਬਣਦਾ ਗਾ, ਖਰਚੇ ਕਰਦਾ ਮੈਂ ਰਹੇ ਨਾ ਇੱਧਰ, ਕੱਪੜੇ ਤੂੰ ਉਹਨਾਂ ਨੂੰ ਬਰਾਬਰ ਦੇ ਆਉਣੀ ਆ, ਫਿਰ ਇਹ ਗੱਲ ਤਾਂ ਗਲਤ ਆ ਨਾ। ਹੋਰ ਕੀ, ਇੱਧਰ ਹੀ ਵਧੀਆ ਜੇ ਲਿਆਉਂਦੀ, ਉਹਨਾਂ ਨੂੰ ਤੈਂ ਵੀ ਦੇ ਦਿੰਦੀ ਤਾਂ ਵੀ ਸਰ ਜਾਂਦਾ। ਲੈ ਵੇਖ ਲੈ ਕੁੜੇ ਕਿੰਨਾ ਫਰਕ ਕਰਦੇ ਆ ਇੱਕ ਦੂਜੇ ਨਾਲ ਹੈ। ਕਾਹਨੂੰ ਫਰਕ ਕਰਦੇ ਆ, ਜਿਹੜੇ ਹਿਸਾਬ ਨਾਲ ਬੰਦਾ ਚੱਲੇ ਉਸ ਹਿਸਾਬ ਨਾਲ ਚੱਲਣਾ ਪੈਂਦਾ। ਕੋਈ ਨਾ ਵੀਰੇ, ਆਪਣੇ ਤੋਂ ਨਾ ਛੋਟੇ ਆ, ਉਹਨਾਂ ਨੂੰ ਅਕਲ ਘੱਟ ਹੈਗੀ ਆ, ਚੱਲ ਜੇ ਉਹ ਆਪਣੇ ਇਹੋ ਜਿਹਾ ਕਰਦੇ ਆਪਾਂ ਤਾਂ ਨਹੀਂ ਉਹਨਾਂ ਨੂੰ ਐਵੇਂ ਕਰਨਾ, ਆਪਾਂ ਨਹੀਂ ਫਰਕ ਕਰਦੇ ਉਹਨਾਂ ਨਾਲ। ਉਹ ਭੈਣੇ ਮੇਰੇ ਗਏ, ਜਦੋਂ ਅਗਲਾ ਫਰਕ ਕਰਦਾ ਫਿਰ ਆਪਾਂ ਨੂੰ ਵੀ ਤਾਂ ਕਰਨਾ ਹੀ ਪਊਗਾ, ਉਹਦਾ ਸਿਰ ਚ ਗਲੀਆਂ ਕਰਦੇ ਆ, ਲੋਕਾਂ ਕੋਲੇ ਜਾ ਜਾ ਨਿੰਦੇ ਆ, ਫਿਰ ਹੁਣ ਕੀ ਕਰੀਏ ਦੱਸ ਤੂੰ। ਲੋਕ ਵੀ ਕੁੱਤੇ ਆ, ਕੁਛ ਗਲਤ ਆਪਦੇ ਕੋਲੋਂ ਬਣਾ ਕੇ ਦੱਸਦੇ ਵੀਰੇ, ਐਵੇਂ ਨਹੀਂ ਭੈਣ ਭਰਾ ਚ ਲੜੀਦਾ ਹੁੰਦਾ ਬਿਨਾਂ ਗੱਲੋਂ। ਓਏ ਐਂ ਮੈਂ ਕਿਹੜਾ ਜਵਾਕ ਆਂ, ਮੈਨੂੰ ਪਤਾ ਨਹੀਂਗਾ ਵੀ ਕੌਣ ਕੋਲੋਂ ਬਣਾਉਂਦਾ, ਜਿਹੜੀ ਗੱਲ ਕਹਿੰਦੇ ਆ ਮੈਨੂੰ ਪਤਾ ਹੀ ਆ, ਉਹਨਾਂ 'ਚ ਹੀ ਰਿਹਾ ਮੈਂ ਸ਼ੁਰੂ ਤੋਂ, ਸਾਰਾ ਕੁਝ ਪਤਾ ਮੈਨੂੰ। ਮਨਿੰਦਰ ਲੋਕਾਂ ਨੇ ਤਾਂ ਫਰਕ ਪਵਾਇਆ, ਇਹਨਾਂ ਦਾ ਹੋਰ ਕਿਹਨੇ ਪਵਾਇਆ ਗਾ? ਉਹ ਬਸ ਬੇਬੇ ਤੂੰ ਵੀ ਨਾ ਐਵੇਂ ਦੋਨੇ ਪਾਸੇ ਚੱਲਿਆ ਕਰ ਵੀਰੇ, ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ, ਪਰ ਮੈਂ ਤਾਂ ਦੋਨਾਂ ਭਰਾਵਾਂ ਨੂੰ ਇੱਕੋ ਜਿਹਾ ਹੀ ਮੰਨਦੀ ਹਾਂ ਅਤੇ ਇੱਕੋ ਜਿਹਾ ਵਰਤੂੰਗੀ ਦੋਨਾਂ ਨਾਲ, ਮੇਰੇ ਤੋਂ ਦਰਿਆਉਂਤ ਨਹੀਂ ਹੁੰਦੀ ਕਿਸੇ ਨਾਲ ਵੀ। ਦੀਦੀ ਮੇਰੀ ਗੱਲ ਸੁਣੋ, ਤੁਸੀਂ ਤਾਂ ਨਹੀਂ ਫਰਕ ਕਰਦੇ, ਉਹ ਫਰਕ ਕਰਦੇ ਆ, ਨਾਲੇ ਮਾਂ ਨੂੰ ਤਾਂ ਅਸੀਂ ਸਾਂਭਦੇ, ਉਹ ਤਾਂ ਨਹੀਂ ਸਾਂਭਦੇ ਨਾ। ਉਹ ਇਹਨਾਂ ਨੂੰ ਕਿੱਥੇ ਪਤਾ ਪਰਮ ਜਰ, ਇਹ ਤਾਂ ਬਸ ਆਪਦਾ। ਉਹ ਹੀ ਤਾਂ ਸਮਝਾਈਏ ਨਹੀਂ ਦੀਦੀ, ਵੀ ਨਾ ਸਮਝਦੇ ਨਹੀਂ ਨਾ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਕਿੰਨੇ ਵਾਰੀ ਇੱਕ ਗੱਲ ਸੁਣਾਤੀ ਵੀ ਮਾਂ ਨੂੰ ਅਸੀਂ ਸਾਂਭਦੇ ਆ, ਮਾਂ ਨੂੰ ਅਸੀਂ ਸਾਂਭਦੇ ਆ, ਮਾਂ ਕਿਹੜਾ ਮੇਰੀ ਇਕੱਲੀ ਦੀ ਆ, ਤੁਹਾਡੀ ਵੀ ਤਾਂ ਮਾਂ ਹੈਗੀ ਆ ਨਾ, ਤੁਸੀਂ ਤਾਂ ਸਾਂਭੋਗੇ ਤਾਂ ਹੋਰ ਕੌਣ ਸਾਂਭੂਗਾ? ਸਾਂਭਦੇ ਤਾਂ ਹੈਗੇ ਆ, ਮਾਂ ਨੇ ਸਦਾ ਤਾਂ ਉਹਨਾਂ ਨੂੰ ਦਿੱਤਾ, ਫਿਰ ਅਸੀਂ ਫਿਰਦੇ ਆਂ ਡਮਰੂ ਵਜਾਉਂਦੇ। ਨਹੀਂ ਇਹ ਤਾਂ ਪੁੱਤਾਂ ਐਂ ਕਹਿੰਦੇ ਆ ਵੀ ਹੱਥ ਨੇ ਤਾਂ ਮਾਂ ਕੌਲਾ ਉਧਰ ਤਰ ਲਿਆ ਕਰੇ ਤੜਕੇ ਸਾਡੇ ਕੰਨੀ, ਇਹਨਾਂ ਤਾਂ ਆਇਆ ਵੀ ਜਲੂਸ ਕੱਢ ਦੇਗੇ ਮਾਂ ਦਾ। ਕੋਈ ਨਹੀਂ ਜਲੂਸ ਕੱਢਦਾ ਕੋਈ, ਕਿਸੇ ਦਾ ਬੈਠੀ ਹੈ ਚੰਗੀ ਭਾਈ, ਤੇਰੇ ਸਾਹਮਣੇ ਦਵਾਈ ਬੂਟੀ ਮਿਲੀ ਜਾਂਦੀ ਹੈ, ਰੋਟੀ ਪਾਣੀ ਮਿਲੀ ਜਾਂਦਾ, ਹੋਰ ਕੀ ਕਹਿੰਦੇ? ਨਾ ਮੈਂ ਕਦੋਂ ਕਹਿੰਦੇ ਮੈਨੂੰ ਰੋਟੀ ਦਿੰਦੇ ਚਾਹੀਦੀ, ਦਵਾਈ ਬੂਟੀ ਦਵਾਉਂਦੇ, ਤੁਹਾਡੀ ਗੱਲ ਕਰਨ ਦੀ ਹੈ ਵੀ ਤੁਸੀਂ ਕਿਵੇਂ ਬੋਲਦੇ ਹੋ ਉਹਨੇ ਤੇ, ਤੁਸੀਂ ਸੁਣਾਈ ਦਿੰਦੇ ਹੋ ਮਾਂ ਨੂੰ, ਕਿੰਨਾ ਦਿਲ ਦੁਖੀ ਹੁੰਦਾ ਮਾਂ ਦਾ। ਸੁਣਾਉਂਦੇ ਹੀ ਨਹੀਂ ਹੈਗੇ, ਗੱਲ ਕਰਦੇ ਆ ਨਾਰਮਲ, ਉਹ ਅਗਲੇ ਨੂੰ ਵੀ ਚਾਹੀਦਾ, ਮੈਂ ਤਾਂ ਚੱਲ ਠੀਕ ਆ ਸੁਣਾਈ ਜਾਂਦਾ, ਅਗਲਾ ਸੁਣਾਉਣ ਜੋਗਾ ਹੋ ਜੇ ਫਿਰ ਉਹ। ਨਾ ਜੇ ਤੂੰ ਇਕੱਲਾ ਹੁੰਦਾ ਫਿਰ ਤੂੰ ਮੈਨੂੰ ਰੋਟੀ ਨਾ ਦਿੰਦਾ। ਉਹ ਫੇਰ ਹੋਰ ਗੱਲ ਸੀ ਮਾਂ, ਹੁਣ ਦੋਨੇ ਪਾਸੇ ਝੁਕਣਾ ਪੈਂਦਾ ਤੈਨੂੰ ਵੀ।
ਹੁਣ ਅਸੀਂ ਕਰਕੇ ਦੱਸ ਆਏ ਮੈਂ ਤਾਂ ਸੰਨ ਵਿਚਾਲੇ ਆਈ ਇਹਨਾਂ ਦੇ ਹੁਣ ਦੱਸ ਕੀ ਹਾਲ ਕਰਾਂ ਮੈਂ 2 ਦਿਨ ਮੇਰੇ ਮਨ ਦੁਖੀ ਕਰਕੇ ਤੋਰ ਦੇ ਮਾਂ ਇਥੋਂ ਤੂੰ ਨਾ ਦੁਖੀ ਹੋ ਇਹਨਾਂ ਦਾ ਤਾਂ ਆਹੀ ਕੰਜਰਖਾਨਾ ਰਹਿੰਦਾ ਤੇ ਆਹੀ ਇਹਨਾਂ ਦਾ ਰਹੂਗਾ ਜਦੋਂ ਲੋਕਾਂ ਨੇ ਇਹਨਾਂ ਵਿੱਚ ਫਿੱਕ ਪਵਾਈ ਹੈ ਮੈਂ ਤਾਂ ਇਹਨਾਂ ਦੀ ਗੱਲ ਗੌਲਦੀ ਨਹੀਂ ਤੂੰ ਮਨ ਦੁਖੀ ਨਾ ਕਰ ਤੂੰ ਜਾ ਲੀੜਾ ਕੱਪੜਾ ਦੇ ਆ ਮਿਲਿਆ ਠੀਕ ਹੈ ਤੈਨੂੰ ਲੋਕ ਆਏ ਨਾ ਕਹਿਣ ਵੀ ਸਵੇਰ ਨੂੰ ਭੈਣ ਫਰਕ ਪਵਾ ਦੇ ਉਹਨੂੰ ਨਾ ਕਹਿਣ ਲੋਕ ਸਾਨੂੰ ਕਹੀ ਜਾਣ ਤੁਹਾਡੇ ਨਾਲ ਆਇਆ ਸਟਾਰ ਮੋਢਿਆਂ ਤੋਂ ਆ ਮੈਨੂੰ ਵੀ ਕਹਿੰਦੀ ਆ ਹਨਾ ਕੁੜੀ ਜੀ ਨੂੰ ਲਿਆਉਂਦਾ ਲਿਆਂਦਾ ਤੂੰ ਮਰ ਜਾਣਾ ਤੇ ਉੱਧਰ ਜਾ ਕੇ ਝੋਲਾ ਧਰ ਲੈਂਦੀ ਉਹ ਦੱਸ ਮੈਂ ਕੀ ਕਰਾਂ ਜੀ ਮੈਂ ਤੁਹਾਨੂੰ ਕਿੰਨੇ ਵਾਰੀ ਕਹਿਣਾ ਦੀਦੀ ਸੁਣਦੀ ਆ ਨਾ ਮਾਂ ਸੁਣਦੀ ਆਪਾਂ ਤਾਂ ਇਹਨਾਂ ਦੇ ਕਰਦੇ ਮਰ ਜਾਵਾਂਗੇ ਪਰ ਇਹਨਾਂ ਨੇ ਨਹੀਂ ਸੁਣੀ ਆਪਣੀ ਗੱਲ ਲੈ ਗੱਲ ਸੁਣਨ ਵਾਲੀ ਕਿਹੜੀ ਗੱਲ ਹੈ ਵੀਰੇ ਕਿਉਂ ਐਵੇਂ ਬਿਨਾਂ ਕੋਲੋਂ ਕਲੇਸ਼ ਪਾਉਣੇ ਹੋ ਘਰੇ ਮੈਂ 2 ਦਿਨ ਲਈ ਆਈ ਆ ਚਲ ਇੱਕ ਦਿਨ ਤੁਹਾਡੇ ਕੋਲ ਲਾ ਜੂੰਗੀ ਇੱਕ ਦਿਨ ਰਾਜਪਾਲ ਕੇ ਲਾ ਜੂੰਗੀ ਤਾਂ ਕੀ ਹੋ ਜਾਊਗਾ ਹੁੰਦਾ ਕਿਉਂ ਨਹੀਂ ਕੁੜਕੇ ਬਹੁਤ ਕੁਝ ਹੁੰਦਾਗਾ ਸਾਨੂੰ ਆਉਂਦਾ ਨਾ ਗੁੱਸਾ ਜਦੋਂ ਬਹਿਬਤਾ ਕਰਦੇ ਆ ਲੋਕਾਂ ਕੋਲੇ ਨਿੰਦੇ ਆ 100 ਥਰਸਾ ਸਿਰੇ ਤੇ ਘੰਟਾ ਜਾਂ ਤਾਂ ਉਧਰ ਹੀ ਰਹਿ ਪਿਆ ਕਰ ਜਦੋਂ ਉਧਰ ਆਉਣੀ ਹੁੰਦੀ ਆ ਇੱਧਰ ਆਉਣੀ ਹੁੰਦੀ ਆ ਇੱਧਰ ਰਹਿ ਪਿਆ ਕਰ ਨਹੀਂ ਤੂੰ ਵੀ ਨਾ ਆਇਆ ਕਰ ਸਾਨੂੰ ਤਾਂ ਲੋੜ ਨਹੀਂ ਕਿਸੇ ਦੀ ਮੈਂ ਤਾਂ ਜਦੋਂ ਉਧਰੋਂ ਟੁੱਟ ਗਿਆ ਤੇਰੇ ਨਾਲ ਵੀ ਟੁੱਟ ਜੂੰ ਬਸ ਅਖੇ ਇੱਧਰ ਨਾ ਆਈ ਨਾ ਤੂੰ ਕੌਣ ਹੁੰਦਾ ਹਟਾਉਣ ਵਾਲਾ ਨਾਲੇ ਰਾਜਪਾਲ ਕੌਣ ਹੁੰਦਾ ਹਟਾਉਣ ਵਾਲਾ ਹਟਾ ਕੇ ਦੇਖੋ ਮੇਰੀ ਧੀ ਨੂੰ ਜਿੰਨਾ ਚਿਰ ਮੈਂ ਜਾਉਂਦੀ ਆ ਗੱਲਾਂ ਹੀ ਇਹੋ ਜੀਆਂ ਹੁੰਦੀਆਂ ਮਾਂ ਕੀ ਗੱਲਾਂ ਹੁੰਦੀਆਂ ਨੇ ਹਾਂ ਨਾ ਹੁਣ ਤੁਸੀਂ ਮੈਨੂੰ ਪਈਆਂ ਨੇ ਮੈਂ ਪੈਸੇ ਲਾਉਂਦਾ ਮਰ ਜੂੰਗਾ ਮੈਂ ਹੁਣ ਮਗਰ ਹੀ ਲਈ ਤੁਸੀਂ ਬਣ ਗਏ ਹਾਈ ਤਾਂ ਮੈਂ ਬੈਠੀ ਆ ਮੁੜ ਕੇ ਨਾਨਕ ਛੱਕਾਂ ਭਰਦਾ ਮਰ ਜੂ ਮੈਂ ਤੁਸੀਂ ਭਾਈ ਜਮਾਣਾ ਭਰਿਓ ਹਾਂ ਨਾਨਕ ਛੱਕਾਂ ਮੈਂ ਪਹਿਲਾਂ ਹੀ ਦੇ ਦੇਣੀ ਪੰਡ ਫੁੱਲ ਜਿਹੜਾ ਮੈਂ ਤਾਂ ਸਾਰਾ ਮੈਂ ਤੈਨੂੰ ਦੱਸਤਾ ਜਾਂ ਉਧਰ ਹੀ ਰਹਿ ਵੀ ਫਿਰ ਹਾਂ ਆਹੋ ਜਿਹੜਾ ਕੁਝ ਦੇਖਦੇ ਆ ਉਹੀ ਕਰਦੇ ਆ ਲੋਕਾਂ ਦੇ ਦੇਖ ਲੈ ਕਿੱਡੇ ਚਾਂਬਲੇ ਆ ਕੁੜੇ ਐ ਐ ਲਹੂ ਪੀਂਦੇ ਆ ਮੇਰਾ ਤੂੰ ਕਹਿ ਦਿੰਦੀ ਆ ਫਿਰ ਕਿ ਤੂੰ ਬੋਲਦੀ ਆ ਮਾਂ ਇਹ ਤਾਂ ਮੈਨੂੰ ਵੀ ਕਹਿ ਗਈ ਤੈਨੂੰ ਮੇਰੀ ਗੱਲ ਸੁਣ ਪੁੱਤ ਕਹਿੰਦੇ ਆ ਕਹੀ ਜਾਣ ਜਿੰਨਾ ਚਿਰ ਮੈਂ ਬੈਠੀ ਆ ਨਾ ਤੈਨੂੰ ਕੋਈ ਨਹੀਂ ਇਸ ਘਰੋਂ ਹਟਾ ਸਕਦਾ ਤੇ ਕੋਈ ਤੇਰਾ ਤੇ ਹਥਿਆਰ ਨਹੀਂ ਰੱਖ ਸਕਦਾ ਸੁਣ ਗਈ ਗੱਲ ਜਾ ਤੂੰ ਜਾ ਤੇ ਉਧਰ ਮਿਲ ਕੇ ਆ ਇਹ ਤਾਂ ਬੋਲਦੇ ਆ ਬੋਲੀ ਜਾਣ ਦੇ ਇਹ ਤਾਂ ਕੁੱਤਿਆਂ ਵਰਗੇ ਹੋਏ ਪਏ ਆ ਮੰਮੀ ਮੈਂ ਤਾਂ ਆਪਦੇ ਭਰਾਵਾਂ ਦਾ ਇੰਨਾ ਕਰਦੀ ਆ ਇਹ ਦੇਖ ਲਾ ਮਿੰਟਾਂ 'ਚ ਹੀ ਕਹਿ ਗਿਆ ਕਹਿੰਦਾ ਆਈ ਨਾ ਇੱਧਰ ਫਿਰ ਇਹਨਾਂ ਨੂੰ ਤਾਂ ਪੁੱਤ ਮੋਹ ਪਿਆਰ ਹੈ ਨਹੀਂ ਹੁਣ ਕਿਸੇ ਦਾ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਜਿੱਦਾਂ ਦੇ ਅੱਡ ਹੋ ਗਏ ਤਾਂ ਇੱਕ ਦੂਜੇ ਦੇ ਬੈਰੀ ਬਣ ਗਏ ਅੱਜ ਫੇਰ ਲੈ ਗਾਜਰਾਂ ਵੱਢੀਆਂ ਦੀਆਂ ਉਹ ਤੈਨੂੰ 100 ਵਾਰੀ ਕਿਹਾ ਵੀ ਅੰਦਰ ਚੰਗੀ ਸਬਜ਼ੀ ਪਈ ਆ ਕੋਈ ਉਹ ਕੱਟ ਕੇ ਬਣਾ ਲਿਆ ਕਰ ਨਲਡੇ ਦੇ ਕੇ ਇਹ ਜਿਹਾ ਤਾਂ ਪਸ਼ੂ ਵੀ ਨਹੀਂ ਖਾਂਦੇ ਸਵਾਦ ਬਣਦੀਆਂ ਜੀ ਤੁਹਾਨੂੰ ਕੀ ਪਤਾ ਬਣਦੀਆਂ ਸਵਾਦ ਜੀ ਕਾਇਆ ਪਿਆ ਮੈਂ ਤੁਹਾਨੂੰ ਐਂ ਕਹਿੰਦੀ ਸੁਖੀ ਤਾਈ ਆਈ ਸੀ ਆਪਣੇ ਘਰੇ ਉਹ ਐਂ ਦੱਸ ਕੇ ਗਈ ਆ ਉਧਰ ਮਨਿੰਦਰ ਭੈਣ ਤੇ ਬਾਈ ਆਏ ਆ ਨਾ ਝੋਲੇ ਭਰ ਕੇ ਲਿਆਈ ਆ ਪਤਾ ਨਹੀਂ ਕੀ ਲਿਆਈ ਆ ਝੋਲਿਆਂ 'ਚ ਉਹ ਫੇਰ ਕੀ ਹੋ ਗਿਆ ਜੇ ਸੁਖੀ ਤਾਈ ਆ ਗਈ ਆਉਂਦੀਆਂ ਹੀ ਹੁੰਦੀਆਂ ਬੁੜੀਆਂ ਘਰਾਂ 'ਚ ਹੋਰ ਦੱਸ ਕੀ ਹੋ ਗਿਆ ਤੁਹਾਨੂੰ ਮੈਂ ਦੱਸੀ ਤੇ ਜਾਂਦੀ ਆ ਵੀ ਐਂ ਦੱਸ ਕੇ ਗਈ ਵੀ ਉਧਰ ਮਨਿੰਦਰ ਭੈਣ ਆਈ ਆ ਉਹ ਤਾਂ ਆਪ ਨੂੰ ਵੀ ਪਤਾ ਸੀ ਵੀ ਮਨਿੰਦਰ ਨੇ ਉਹਨਾਂ ਫੋਨ ਕੀਤਾ ਸੀ ਇਹ 'ਚ ਕੀ ਦੱਸਣ ਵਾਲੀ ਗੱਲ ਨਾ ਫੋਨ ਕੀਤਾ ਸੀ ਫਿਰ ਆ ਕੇ ਤਾਂ ਖੜੀ ਨਹੀਂ ਤੁਸੀਂ ਮਨਿੰਦਰ ਭੈਣ ਕਰਦੇ ਰਹਿੰਦੇ ਹੋ ਓਏ ਆਉਂਦੀ ਹੂ ਕੋਈ ਨਹੀਂ ਹੁਣ ਉੱਥੇ ਕਿਹੜਾ ਦਾਵੀ ਹੱਥ ਲਾ ਕੇ ਮੁੜਨਾ ਹੀ ਉਹਦੀ ਮਾਂ ਕੋਲੇ ਗੱਲਾਂ ਬਾਤਾਂ ਕਰਦੀ ਹੁੰਦੀ ਆ ਸੋ ਅੱਛਾ ਕਿੰਨਾ ਟਾਈਮ ਹੋ ਗਿਆ ਆ ਨਹੀਂ ਸਕਦੇ ਇਹੋ ਜਿਹਾ ਕੀ ਗੱਲਾਂ ਨੇ ਉਹਨਾਂ ਦੀਆਂ ਆ ਜੂਗੀ ਪਾਣੀ ਕੋਈ ਨਹੀਂ ਖੀਰ ਚੱਥ ਫਿਰ ਕਿਹੋ ਜੂ ਜਾਏਗੀ ਤੁਸੀਂ ਬਾਲਾ ਕਰਦੇ ਹੋ ਭੈਣ ਭੈਣ ਤੁਸੀਂ ਪਾਈਓ ਮੈਨੂੰ ਕੀ ਲੋੜ ਹੈ ਉਹ ਚਲ ਕੋਈ ਨਹੀਂ ਤੂੰ ਐਵੇਂ ਨਾ ਹਰ ਵਕਤ ਐਵੇਂ ਨਾਸਾਂ ਫਲਾਈ ਜਾਇਆ ਕਰ ਬੈਠੀ ਫਿਰ ਕੀ ਹੁੰਦਾ ਭੈਣਾਂ ਆਉਂਦੀਆਂ ਹੁੰਦੀਆਂ ਹਾਂ ਫਿਰ ਪਾ ਲਿਓ ਜੱਫੀਆਂ ਫਿਰ ਭੈਣ ਆਉਂਦੀ ਹੁੰਦੀ ਤਾਂ ਫਿਰ ਮੈਨੂੰ ਕੀ ਕਹੀ ਜਾਂਦੇ ਤੁਸੀਂ ਤੂੰ ਆਪ ਹੀ ਕਹੀ ਜਾਂਦੀ ਆ ਕਿ ਆਈ ਨਹੀਂ ਇੰਨਾ ਟਾਈਮ ਹੋ ਗਿਆ ਇੱਧਰ ਬੈਠੀ ਆ ਇੱਧਰ ਬੈਠੀ ਆ ਚੱਲ ਚੰਗਾ ਜੀ ਮੇਰੇ ਤੋਂ ਬਾਲਾ ਮੱਥਾ ਨਹੀਂ ਵੱਜਦਾ ਤੁਸੀਂ ਤਾਂ ਉਹੀ ਬੋਲਦੇ ਰਹਿੰਦੇ ਹੋ ਓਏ ਤੂੰ ਆ ਰਹਿਣ ਦੇ ਮੈਂ ਤੈਨੂੰ ਐਂ ਕਹਿਣਾ ਕੋਈ ਰੋਗ ਲਾ ਕੇ ਧਰ ਦੇਂਗੀ ਗਾਜਰਾਂ ਦੀਆਂ ਪਸ਼ੂਆਂ ਨੂੰ ਪਾਇਆ ਜਾ ਹੋਰ ਬਣਾ ਸਬਜ਼ੀ ਗੋਭੀ ਪਈ ਆ ਤੁਸੀਂ ਕਿਹੜਾ ਪਨੀਰ ਲਿਆ ਕੇ ਰੱਖਿਆ ਗੋਭੀ ਪਈ ਆ ਅੰਦਰ ਪਨੀਰ ਮਾਲਾ ਮੂੰਹ ਹੀ ਨਹੀਂ ਤੇਰਾ ਆ ਗਿਆ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਮਨਿੰਦਰਾ ਵਧੀਆ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਆ ਐਵੇਂ ਕਾਟੋ ਕਲੇਸ਼ ਕਰੀ ਜਾਂਦੀ ਖੜ ਜਾ ਕੁਰਸੀ ਲੈ ਦੇਣਾ ਤੈਨੂੰ ਨਾ ਕੋਈ ਗੱਲ ਨਹੀਂ ਤੂੰ ਬਹਿ ਕੁਰਸੀ ਤੇ ਨਾ ਕਿਉਂ ਲੜੀ ਜਾਂਦੇ ਹੋ ਉਹ ਬਸ ਹੁਣ ਹੀ ਮੈਂ ਕਹੀ ਜਾਂਦਾ ਮੈਂ ਵੀ ਅੰਦਰ ਵਧੀਆ ਸਬਜ਼ੀ ਪਈ ਆ ਬਣਾ ਲਾ ਗੋਭੀ ਦਾ ਵੀ ਆ ਵੱਢ ਕੇ ਬਹਿ ਜਾਂਦੀ ਆ ਰੋਜ਼ ਨਾਲ ਡੈਣਗਾ ਤੂੰ ਨਾ ਵੀਰੇ ਐਵੇਂ ਨਾ ਲੜਿਆ ਕਰ ਭਾਬੀ ਨੂੰ ਬਥੇਰੀ ਸਵਾਦ ਚੀਜ਼ ਬਣਾਉਂਦੀ ਆ ਉਹ ਐ ਤਾਂ ਬਣਾਉਂਦੀ ਆ ਖਰ ਇਹ ਤਾਂ ਉਂਚ ਆਊਟ ਕਰੀ ਜਾਂਦਾ ਮੈਂ ਹੋਰ ਸਬਜ਼ੀ ਬਣਾ ਲਾ ਡੇਲੀ ਬਣਾ ਲੈਂਦੀ ਆ ਗਾਜਰਾਂ ਦੀਆਂ ਚੱਲ ਕੋਈ ਨਾ ਇਹਨੂੰ ਸਵਾਦ ਲੱਗਦੇ ਹੁਣ ਮੈਂ ਬਣਾ ਲੈਂਦੀ ਆ ਉਹੀ ਤਾਂ ਭੈਣ ਮੈਂ ਕਹੀ ਜਾਂਦੀ ਆ ਵੀ ਵਧੀਆ ਬਣਦੀਆਂ ਨੇ ਇੱਕੋ ਜਿਹੇ ਤੁਸੀਂ ਦੋਨੇ ਆ ਨੇ ਲੜਨ ਤਾਂ ਉਹ ਇੱਕੋ ਜਿਹੇ ਮੇਰੇ ਤੈਨੂੰ ਪਤਾ ਐਵੇਂ ਟਾਈਮ ਪਾਸ ਨਹੀਂ ਹੁੰਦਾ ਇੱਕੋ ਜੀ ਹੋਣਾ ਪੈਂਦਾ ਮੀਆਂ ਬੀਬੀ ਨੂੰ ਉਹ ਠੀਕ ਰਹਿੰਦੇ ਤੁਸੀਂ ਹਾਂ ਹਾਂ ਵਧੀਆ ਹੋਰ ਬਾਈ ਨੇ ਆਇਆ ਨਾਲ ਆਏ ਤਾਂ ਸੀ ਮੈਨੂੰ ਛੱਡ ਕੇ ਮੁੜ ਗਏ ਉਹ ਕਿਉਂ ਇੱਧਰ ਆ ਜਾਂਦਾ ਫਿਰ ਕੀ ਹੁੰਦਾ ਜੀ 10 ਮਿੰਟ ਉਹ ਫਿਰ ਨਾ ਜਵਾਕਾਂ ਦੇ ਮੈਚ ਆ ਨਾ ਹੁਣ ਤਾਂ ਕਰਕੇ ਫਿਰ ਸ਼ਾਮ ਨੂੰ ਗਰਾਊਂਡ ਜਾਣਾ ਹੁੰਦਾ ਉਹਨਾਂ ਨੇ ਉਹ ਜਵਾਕਾਂ ਦੇ ਮੈਚਾਂ ਨੂੰ ਕਿਹੜਾ ਪੀਟਰ ਵਿਰਦੀ ਆ ਉਹ 10-10 ਮਿੰਟਾਂ ਦਾ ਕੀ ਹੁੰਦਾ ਸੀ
ਚਲ ਕੋਈ ਨਾ ਫੇਰ ਆ ਜਾਣਗੇ ਕਿਸੇ ਦਿਨ। ਬਸ ਫੇਰ ਤਾਂ ਆਈ ਖੜਾ ਜਿਉਂ ਅੱਜ ਨਹੀਂ ਆਇਆ ਜਮਾ ਕੋਣ ਮੁੜ ਗਿਆ ਦੱਸ। ਚਲ ਕੋਈ ਨਾ ਵੀਰੇ, ਉੱਥੇ ਵੀ ਨਹੀਂ ਖੜਾ ਹੈਗਾ, ਚਾਹ ਪਾਣੀ ਵੀ ਨਹੀਂ ਪੀ ਕੇ ਗਿਆ, ਉਹ ਵੀ ਮੁੜ ਗਿਆ। ਮੈਂ ਭੈਣੇ ਤੈਨੂੰ ਪਤਾ ਹੀ ਹੈ, ਜਿੱਦਣ ਦੇ ਅਸੀਂ ਅੱਡ ਹੋਏ ਇੱਕ ਵਾਰ ਵੀ ਨਹੀਂ ਆ ਕੇ ਖੜਾ ਸਾਡੇ ਕੋਲ। ਚਲ ਕੋਈ ਨਾ ਹਰਪ੍ਰੀਤ, ਗੁੱਸਾ ਨਾ ਕਰ, ਆ ਜੂਗਾ ਮੈਂ ਕਹਿ ਦੂੰਗੀ ਇੱਥੇ ਰਾਤ, ਦੋ ਰਾਤਾਂ ਲਾ ਜੂਗਾ। ਇਹ ਤਾਂ ਬੜੀ ਗਰਮੀ ਮੰਨੀ ਬੈਠੀ ਆ, ਕਹਿੰਦੀ ਆਪਣੇ ਤਾਂ ਆਉਂਦੇ ਨਹੀਂ, ਪਹਿਲਾਂ ਉੱਧਰ ਆ ਜਾਂਦੀ ਆਪਣੇ ਦਰਵਾਜ਼ੇ, ਕੋਈ ਨਹੀਂ ਚੱਲ ਆ ਜਾਂਦੇ ਘਰੇ ਬਹਿ ਕੇ ਗੱਲ ਕਰ ਲਾਂਗੇ ਆਪਾਂ। ਵੀਰੇ ਚੱਲ ਕੋਈ ਨਾ, ਉਹ ਵੱਡਾ ਆਪਣਾ ਭਰਾ ਹੈ ਨਾ, ਨਾਲੇ ਮਾਂ ਵੀ ਉੱਧਰ ਆ, ਮੇਰਾ ਹੱਕ ਤਾਂ ਪਹਿਲਾਂ ਉੱਧਰ ਹੀ ਬਣਦਾ। ਉਹ ਹਾਂ ਹੱਕ ਤਾਂ ਤੇਰਾ ਬਣਦਾ, ਉਹ ਤਾਂ ਮੈਨੂੰ ਸਮਝਾਉਣਾ, ਇਹ ਗੱਲ ਕਰ ਗੁੱਸਾ ਮੰਨਦੀ ਹੈ ਨਾ, ਜਲਸੀ ਫੀਲ ਕਰਦੀ ਹੈ। ਚੱਲ ਕੋਈ ਨਾ ਹਰਪ੍ਰੀਤ, ਮੈਂ ਕਦੇ ਤੁਹਾਡਾ ਘਰ ਛੱਡਿਆ ਤਾਂ ਨਹੀਂ ਹੈਗਾ, ਆ ਕੇ ਤਾਂ ਜਾਂਦੀ ਹਾਂ ਮੈਂ। ਭੈਣੇ ਤੂੰ ਉਹ ਵੀ ਆਇਆ ਨਾ ਕਰ, ਜੇ ਉਹਨਾਂ ਦੇ ਆਉਂਦੀਆਂ ਤਾਂ ਉੱਧਰ ਹੀ ਰਿਹਾ ਕਰ। ਸਹੀ ਗੱਲ ਹੈ ਮਨਿੰਦਰ, ਹਰਪ੍ਰੀਤ ਸਹੀ ਕਹਿੰਦੀ ਆ, ਆ ਤਾਂ ਤੂੰ ਜਾਂਦੀ ਆ, ਮੈਂ ਕੁੱਤੇ ਭਗਾਈ ਚ ਤੁਰੀ ਫਿਰਦੀ ਰਹਿੰਦੀ ਹਾਂ ਸਾਰਾ ਦਿਨ, ਨਾ ਤਾਂ ਇੱਥੋਂ ਉੱਥੇ ਬੈਠਾ ਜਾਂਦਾ, ਨਾ ਇੱਧਰ ਜਾਂਦਾ, ਗੱਲਬਾਤ ਤਾਂ ਕਿਸੇ ਪਾਸੇ ਹੁੰਦੀ ਨਹੀਂ ਪੂਰੀ। ਤੁਹਾਨੂੰ ਕੁੱਤੇ ਭਗਾਈ ਲੱਗਦੀ ਵੀਰੇ, ਮੈਨੂੰ ਨਹੀਂ ਲੱਗਦੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਹਾਡੇ ਚ ਐਡਾ ਕੀ ਵੈਰ ਪੈ ਗਿਆ ਦੋਨਾਂ ਭਰਾਵਾਂ 'ਚ, ਤੁਸੀਂ ਇੱਕ ਦੂਜੇ ਨੂੰ ਵੇਖ ਹੀ ਨਹੀਂ ਹੰਗਦੇ। ਉਹ ਮਨਿੰਦਰ ਚਾਰ ਵੈਰ ਵਾਲੀ ਗੱਲ ਤੋਂ ਤਾਂ ਕੀ ਲੈਣਾ ਤੂੰ, ਵੈਰ ਤਾਂ ਜਿਹੜਾ ਪੈ ਗਿਆ ਸਾਡਾ ਪੈ ਗਿਆ। ਮੈਂ ਤੈਨੂੰ ਜਿਹੜੀ ਗੱਲ ਕਹਿਣਾ ਵੀ ਜੇ ਆਉਣਾ ਹੁੰਦਾ ਸਿੱਧਾ ਤਾਂ ਇੱਧਰ ਆ ਜਾ ਕਰ, ਸਾਡੇ ਘਰੇ ਆ ਜਾ ਕਰ, ਨਹੀਂ ਉੱਧਰ ਵੱਡੇ ਦੇ ਘਰੋਂ ਮੁੜ ਜਾ ਕਰ ਬਸ। ਤੁਸੀਂ ਤਾਂ ਦੋਨਾਂ ਨੇ ਕਹਿਤਾ, ਉਹ ਵੀ ਕਹਿੰਦਾ ਵੀ ਤੂੰ ਉਧਰੋਂ ਮੁੜ ਜਾ ਕਰ, ਤੂੰ ਕਹਿਤਾ ਵੀ ਇੱਧਰੋਂ ਮੁੜ ਜਾ ਕਰ, ਮੈਂ ਕਿਵੇਂ ਦੋਨਾਂ ਨੂੰ ਵੰਡਦਾ? ਤੇ ਹੋਰ ਫਿਰ ਹੁਣ ਸਨ ਵਿਚਾਲੇ ਵਾਲੇ ਕੀ ਕਹਿ ਗਏ? ਦੂਜੀ ਰਹੀ ਗੱਲ ਬਾਈ ਦੀ, ਆ ਤਾਂ ਜਾਂਦਾ ਉਹ ਇੱਕ ਦਿਨ ਰਾਤ ਲਾ ਕੇ ਗਿਆ ਉਹ ਸਾਡੇ ਘਰੇ, ਦੱਸ ਅਸੀਂ ਮਗਾਨੇ ਹੋ ਗਏ? ਤੂੰ ਹੀ ਕਹਿ ਦੇ ਉਹਨੂੰ ਮਾੜੀ ਮੋਟੀ ਬੇਸ਼ਰਮੀ ਦੇ ਦੇ, ਇਹ ਉਧਰ ਵੀ ਬਰਾਬਰ ਦਾ। ਚਲ ਕੋਈ ਨਾ ਵੀਰੇ, ਉਹਨਾਂ ਦੀ ਡਿਊਟੀ ਇਹੋ ਜਿਹੀ, ਛੁੱਟੀ ਨਹੀਂ ਮਿਲਦੀ ਉਹਨਾਂ ਨੂੰ, ਟਾਈਮ ਹੀ ਉਹਨਾਂ ਕੋ ਹੁੰਦਾ ਉਹਨਾਂ ਕੋਲ ਨਾ, ਉਦੋਂ ਕਿਵੇਂ ਛੁੱਟੀ ਮਿਲ ਜਾਣੀ ਜਦੋਂ ਉਧਰ ਰਹਿ ਰਹਿ ਕੇ ਜਾਂਦਾ? ਚਲ ਕੋਈ ਨਾ, ਇਸ ਵਾਰ ਕਹਿ ਦੂੰਗੀ, ਇਸ ਵਾਰ ਇੱਧਰ ਆ ਕੇ ਰਹਿ ਕੇ ਜਾਣਗੇ। ਇਹ ਗੱਲ ਦਾ ਸਾਨੂੰ ਪੂਰਾ ਗੁੱਸਾ ਹੈਗਾ, ਕਹੀ ਨਹੀਂ ਬਾਈ ਨੂੰ, ਤੂੰ ਆਪਣੀ ਤਾਂ ਮੈਂ ਹੀ ਫੋਨ ਤੇ ਗੱਲ ਕਰਕੇ ਕਹੂੰਗਾ ਵੀ ਆਉਣਾ ਹੁੰਦਾ ਤਾਂ ਇੱਧਰ ਆ ਜਾ ਕਰ ਸਿੱਧਾ, ਨਹੀਂ ਸਾਨੂੰ ਬੁਲਾਉਣ ਦੀ ਲੋੜ ਨਹੀਂ, ਬਸ ਗੱਲ ਖਤਮ। ਨਾ ਰਾਜਪਾਲ, ਉਹਨਾਂ ਦਾ ਗੁੱਸਾ ਭੈੜਾ ਹੈਗਾ, ਤੂੰ ਇਹੋ ਜਿਹੀ ਗੱਲ ਨਾ ਕਹੀ ਉਹਨਾਂ ਨੂੰ, ਐ ਨਹੀਂ ਪਤਾ ਮੁੜ ਕੇ ਫਿਰ ਮੇਰੇ ਨਾਲ ਲੜੇ ਨਾ ਤੁਹਾਡੇ ਨਾਲ ਲੜੇ, ਆਪਣਾ ਫਰਕ ਪੈ ਜਾਊਗਾ। ਨਹੀਂ ਮਨਿੰਦਰ, ਗੁੱਸਾ ਤਾਂ ਹਰੇਕ ਨੂੰ ਹੀ ਆਉਂਦਾ ਹੁੰਦਾ, ਜਿਹੜੀ ਗੱਲ ਰੱਬ ਲੱਗਦੀ ਉਹ ਤਾਂ ਕਹੀ ਜਾਂਦੀ ਹੁੰਦੀ ਆ। ਉਹ ਬਾਹਲਾ ਨੇੜੋਂ ਆ ਵੀ ਅਸੀਂ ਦੂਰ ਹੋ ਗਏ। ਕੋਈ ਨਾ ਵੀਰੇ, ਗੁੱਸਾ ਨਾ ਕਰੋ, ਮੈਂ ਕਹਿ ਦੂੰਗੀ, ਨਾ ਤੁਸੀਂ ਇਹ ਗੱਲਾਂ ਛੱਡੋ। ਚਲ ਮੈਂ ਤਾਂ ਆਪਣਾ ਹਰਪ੍ਰੀਤ ਪਾਣੀ ਦਾ ਲੈ ਦੇ, ਭਾਵੇਂ ਆਪਾਂ ਤਾਂ ਹੋਰ ਹੀ ਗੱਲਾਂ ਛੇੜ ਦਾਂਗੇ। ਇਹਨੂੰ ਪਾਣੀ ਕਿੱਥੋਂ ਚੰਗਾ ਲੱਗਦਾ, ਇਹ ਤਾਂ ਜੂਸ ਪੀ ਕੇ ਆਈ ਉਧਰੋਂ। ਨਹੀਂ 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 ਪੀਣਾ ਪਾਣੀ ਮੈਂ, ਅਰੇ ਮੈਂ ਤੁਹਾਡੇ ਵਾਸਤੇ ਕੱਪੜੇ ਲੈ ਕੇ ਆਂਦੇ ਆ, ਤੁਸੀਂ ਪਾਠ ਤੇ ਨਹੀਂ ਆਏ ਸੀ ਨਾ, ਪਰ ਮੇਰਾ ਹੱਕ ਤਾਂ ਬਣਦਾ ਸੀਗਾ ਕੱਪੜਿਆਂ ਦਾ, ਆ ਦੇਖੋ। ਉਹ ਚਲ ਇਹਨੂੰ ਤਾਂ ਕੀ ਸੀ ਮਨਿੰਦਰ ਕੱਪੜਿਆਂ ਨੂੰ ਤਾਂ। ਚਲ ਕੋਈ ਨਾ ਵੀਰੇ, ਮੇਰਾ ਤਾਂ ਦੇਣ ਦਾ ਫਰਜ਼ ਬਣਦਾ। ਨਹੀਂ ਭੈਣੇ, ਤੇਰਾ ਬਾਈ ਸਹੀ ਕਹੀ ਜਾਂਦਾ, ਸਾਨੂੰ ਲੋੜ ਨਹੀਂ ਤੇਰੇ ਕੱਪੜਿਆਂ ਦੀ, ਲੈ ਜਾ ਇੱਥੋਂ। ਕਿਉਂ ਹਰਪ੍ਰੀਤ, ਇੱਦਾਂ ਕਿਉਂ ਕਹਿਣੀ ਆ? ਬਸ ਜੇ ਤੈਨੂੰ ਮੈਂ ਕਹੀ ਦਿੱਤਾ। ਉਹ ਕੱਪੜਾ ਲੀੜਾ ਤਾਂ ਆਪਦੇ ਹੰਡਾ ਕੇ ਮਰਜੀ ਗਏ, ਉਹੀ ਬਹੁਤ ਆ ਭੈਣੇ, ਵਾਧੂ ਪਿਆ। ਉਧਰ ਤਾਂ ਤੂੰ ਝੋਲੇ ਭਰ-ਭਰ ਕੇ ਲਿਓ ਦੀ, ਤੇ ਇੱਧਰ ਚੱਕ ਲੈ ਤੂੰ ਲਿਫਾਫਾ ਜਾ। ਹਰਪ੍ਰੀਤ ਤੈਨੂੰ ਵਹਿਮ ਆ, ਉਧਰ ਕਿਹੜਾ ਮੈਂ ਆਹੀ ਕੁਛ ਮੈਂ ਉਧਰ ਦੇ ਕੇ ਆਂਦਾ। ਉਹ ਬਸ ਮੈਨੂੰ ਪਤਾ ਹੀ ਆ, ਉਹੀ ਨਾ ਗੱਲਾਂ ਜਿਹਾ ਬਣਾਈ ਜਾ ਬੈਠੀ ਇੱਥੇ। ਸੁੱਖੀ ਚਾਚੀ ਦੱਸ ਕੇ ਗਈ ਆ ਇਹਨੂੰ, ਕਹਿੰਦੀ ਦੋ ਟੀਚੀਆਂ ਭਰੀਆਂ ਹੋਈਆਂ ਸੀ ਉਧਰ ਜਦੋਂ ਉਤਰੀਆਂ ਘਰੇ ਤੋਂ। ਨਹੀਂ ਨਹੀਂ, ਇਹਨਾਂ ਦਾ ਲੋਕਾਂ ਨੇ ਤਾਂ ਵੀ ਆਪ ਤਾਂ ਗੱਲਾਂ ਬਣਾਉਂਦੀਆਂ, ਲੋਕਾਂ ਪਿੱਛੇ ਅਲੱਗ ਅਲੱਗ ਕੇ ਦੋਨੇ ਭਰਾ ਅੱਡ ਹੋ ਕੇ ਬਹਿ ਗਏ। ਤੁਸੀਂ ਦੇਖ ਲੈ ਕੁਝ ਵੀ ਨਾ ਸਾਰਦੇ ਨਹੀਂ ਹੁੰਦੇ ਸੀ, ਤੇ ਹੁਣ ਇੱਕ ਦੂਜੇ ਨੂੰ ਵੇਖਦੇ ਨਹੀਂ ਹੈਗੇ ਤੁਸੀਂ। ਮਨਿੰਦਰ ਤੈਨੂੰ ਅੱਧੀ ਗੱਲ ਦਾ ਪਤਾ ਨਾਲੇ ਨਾ, ਤਾੜੀ ਇੱਕ ਹੱਥ ਨਾਲ ਨਿਭਾਈ ਦੀ ਹੁੰਦੀ, ਜਿਹੜੀ ਗੱਲ ਆ ਰੋਕਣ ਟੋਕਣ ਵਾਲੀ ਉਹਨੂੰ ਕਹਿ ਤੂੰ, ਮੈਨੂੰ ਆ ਕੇ ਕਹਿਣ ਲੱਗ ਗਈ ਤੈਨੂੰ ਗੱਲ ਦਾ ਨਹੀਂ ਪਤਾ। ਚੱਲ ਕੋਈ ਨਾ, ਉਹ ਵੱਡਾ ਆਪਣੇ ਤੋਂ, ਤੂੰ ਛੋਟਾ ਹੈਗਾ, ਤੂੰ ਗੱਲ ਸਹਾਰ ਲਿਆ ਕਰ। ਉਹ ਜੇ ਵੱਡਾ ਹੁਣ ਸਿਰ 'ਚ ਗਲੀਆਂ ਕਰਾ ਲਏ, ਤੈਨੂੰ ਪਤਾ ਵੀ ਲੋਕਾਂ ਕੋਲੇ ਕੀ ਕੁਛ ਬੋਲਦਾ ਉਹ ਲੋਕਾਂ ਕੋਲ ਕੁਛ ਨਹੀਂ ਬੋਲਦਾ, ਲੋਕ ਤੈਨੂੰ ਕਹਿੰਦੇ ਵੀ ਉਹ ਤੇਰੇ ਬਾਰੇ ਬੋਲਦਾ, ਉਹਨੂੰ ਕਹਿੰਦੇ ਇਹ ਤੇਰੇ ਬਾਰੇ ਬੋਲਦਾ। ਉਹ ਨਹੀਂ, ਜੇ ਅਗਲਾ ਕਹਿੰਦਾ ਫੇਰ ਹੀ ਬੋਲਦੇ ਆ ਲੋਕ ਵੀ, ਐਂ ਹੁਣ ਕੌਣ ਕਹਿ ਦੂਗਾ ਮਨਿੰਦਰ ਬਿਨਾਂ ਗੱਲ ਤੋਂ, ਤੂੰ ਵੀ ਸਿਆਣੀ ਹੈਗੀ ਹੈ, ਦੇਖ ਉਹਦਾ ਪੱਖ ਕਰੀ ਜਾਂਦੀ ਆ ਤੂੰ ਬੈਠੀ ਹੁਣ। ਐਵੇਂ ਨਾ ਕਿਸੇ ਪਿੱਛੇ ਲੱਗੀ ਦਾ, ਮੈਂ ਪੱਖ ਕਿਸੇ ਦਾ ਨਹੀਂ ਲੈਂਦੀ ਵੀਰੇ, ਮੈਨੂੰ ਤਾਂ ਦੋਨੇ ਤੁਸੀਂ ਇੱਕੋ ਜਿਹੇ ਹੋ, ਮੈਂ ਕਿਉਂ ਫਰਕ ਕਰੂੰ ਤੁਹਾਡੇ ਦੋਨਾਂ 'ਚੋਂ? ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਦੇ, ਸਾਨੂੰ ਪਤਾ ਹੀ ਹੈ ਤੂੰ ਕਿੰਨਾ ਕੁ ਕਰਦੇ ਆ, ਕਿੰਨਾ ਕੁ ਨਹੀਂ ਸਾਡਾ। ਹਰਪ੍ਰੀਤ, ਜੇ ਤੁਸੀਂ ਦੋਨੇ ਭੈਣਾਂ ਸਿਆਣੀਆਂ ਹੁੰਦੀਆਂ ਨਾ, ਤਾਂ ਦੋਨਾਂ ਭਰਾਵਾਂ ਨੂੰ ਅੱਡ ਹੀ ਨਾ ਹੋਣ ਦਿੰਦੀਆਂ, ਕਿਉਂ ਕੰਧਾਂ ਕੱਢਦੀਆਂ ਵਿਚਾਲੇ? ਮੈਨੂੰ ਨਾ ਬਾਲੀ ਮੱਤਾਂ ਜੀ ਨਾ ਦੇ, ਜਿਹੜੇ ਕੰਮ ਆਈ ਉਹ ਦੱਸ ਤੂੰ। ਮੈਂ ਕੀ ਕੰਮ ਆਉਣਾ, ਮੈਂ ਤਾਂ ਆਪਦੇ ਭਰਾ ਨੂੰ ਮਿਲਣ ਆਈ ਹਾਂ ਇੱਥੇ। ਮਿਲ ਲਈ, ਚੱਲ ਇੱਥੋਂ ਫਿਰ। ਉਹ ਚੱਲ ਕੋਈ ਨਹੀਂ, ਚੱਲ ਹਾਂ, ਬਾਕੀ ਦੂਜੀ ਗੱਲ ਤੁਸੀਂ ਆਪਦੀਆਂ ਕਰੋ ਗੱਲਾਂ ਬਾਤਾਂ, ਬਾਕੀ ਅੱਜ ਤੂੰ ਮਿੰਦਰ ਉੱਧਰ ਆਈ ਆ ਨਾ, ਵੱਡੇ ਨਹੀਂ ਉੱਧਰ ਹੀ ਰਹਿ ਭਾਜੇ, ਤੂੰ ਜੇ ਮੇਰੇ ਘਰੇ ਆਈ ਜਿੱਦਾਂ ਉਹਦੇ ਇੱਥੇ ਰਹਿ ਵੀ। ਉੱਧਰ ਹੀ ਰਹੂਗੀ ਇਹ, ਇੱਥੇ ਕਿੱਥੇ ਰਹੂਗੀ? ਖੇਤ ਜਾ ਕੇ ਆਉਣਾ ਮੜਾ ਜਾ ਮੈਂ। ਚੱਲ ਕੋਈ ਨਾ ਹਰਪ੍ਰੀਤ, ਆ ਤੁਸੀਂ ਸੂਟ ਰੱਖ ਲਓ, ਮੈਂ ਚੱਲੀ। ਨਾ ਸਾਨੂੰ ਲੋੜ ਨਹੀਂ, ਆ ਵੀ ਲੈ ਜਾ, ਉਹਨਾਂ ਨੂੰ ਦੇ ਦੀ। ਤੂੰ ਰੱਖ ਲਾ, ਜੇ ਸਮਾਉਣੇ ਹੋਏ ਤਾਂ ਸਮਾ ਕੇ ਪਾ ਲਿਓ, ਨਹੀਂ ਤਾਂ ਕਿਸੇ ਨੂੰ ਗਾਂ ਦੇ ਦਿਓ। ਆਹੋ, ਗਾਂ ਹੀ ਦੇ ਦਾਂਗੇ ਅਸੀਂ, ਤੇਰੇ ਸੂਟ ਕੀ ਕਰਨੇ ਸਮਾ ਕੇ।
ਮੈਂ ਤਾਂ 2 ਦਿਨ ਇਹਨਾਂ ਨੂੰ ਮਿਲਣ ਆਈ ਸੀ ਅਤੇ ਇਹਨਾਂ ਦੋਨਾਂ ਨੇ ਮੈਨੂੰ ਕੀ ਕੁਝ ਬੋਲਿਆ। ਉੱਧਰੋਂ ਵੱਡੇ ਨੇ ਕਹਿਤਾ ਵੀ ਤੂੰ ਵਗ ਜਾ ਇੱਧਰ ਨਾ ਆਈ, ਉੱਧਰੋਂ ਛੋਟੇ ਨੇ ਕਹਿਤਾ ਵੀ ਤੂੰ ਵਗ ਜਾ ਇੱਧਰ ਨਾ ਆਈ। ਤਾਂ ਮੈਂ ਕਿੱਧਰ ਜਾਵਾਂ ਹੁਣ? ਮੇਰੇ ਤਾਂ ਪੇਕੇ ਵੀ ਇਹਨਾਂ ਨਾਲ ਹੀ ਆ, ਜੇ ਇਹੀ ਮੇਰੇ ਨਾਲ ਵਰਤਣੋਂ ਹਟ ਗਏ ਤਾਂ ਮੈਂ ਕਿੱਧਰ ਆਇਆ ਕਰੂੰ, ਕਿਹਨੂੰ ਮਿਲਿਆ ਕਰੂੰ? ਜਿੰਨਾ ਚਿਰ ਮੇਰੀ ਮਾਂ ਜੇ ਆਉਂਦੀ ਹੈ ਨਾ, ਬਸ ਓਨਾ ਟਾਈਮ ਹੀ ਆ ਮੇਰੇ ਪੇਕੇ। ਮੁੜ ਕੇ ਇਹਨਾਂ ਨੇ ਮੈਨੂੰ ਕਿੱਥੇ ਸਿਆਣਨਾ? ਇਹ ਤਾਂ ਮੈਨੂੰ ਹੁਣ ਹੀ ਕਹਿ ਦਿੰਦੇ ਆ ਵੀ ਤੂੰ ਇੱਥੋਂ ਵਗ ਜਾ। ਇਹਨਾਂ ਤਾਂ ਆਪਸ ਵਿੱਚ ਕੰਧਾਂ ਕੱਢ ਲਈਆਂ ਅਤੇ ਮੈਂ ਕਿਵੇਂ ਇਹਨਾਂ ਲਈ ਦਿਲਾਂ 'ਚ ਕੰਧਾਂ ਕੱਢਾਂ ਆਪਦੇ? ਮੈਂ ਕਿਵੇਂ ਦੋਨਾਂ 'ਚ ਫਰਕ ਕਰਾਂ? ਮੈਨੂੰ ਤਾਂ ਦੋਨੇ ਹੀ ਪਿਆਰੇ ਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕਿੰਨਾ ਪਿਆਰ ਕਰਦੇ ਸੀ ਇੱਕ ਦੂਜੇ ਨੂੰ। ਵਾਸਤੇ ਮੰਮੀ ਨੇ ਨਾ ਗਜਰੇਲਾ ਬਣਾਇਆ ਗਾ, ਮੈਂ ਵੀ ਲੈ ਕੇ ਆਉਣਾ ਗਾ। ਆਉਣ ਦੀ ਕੀ ਲੋੜ ਹੈ, ਆਪਾਂ ਤਿੰਨੇ ਇਕੱਠੇ ਰਲ ਕੇ ਖਾ ਲੈਂਦੇ ਹਾਂ। ਅੱਗੇ ਤਾਂ ਚੀਜ਼ਾਂ ਵੰਡ ਵੰਡ ਖਾਂਦੇ ਸੀ, ਹੁਣ ਰਿਸ਼ਤਿਆਂ ਨੂੰ ਵੀ ਵੰਡ ਲਿਆ। ਹੁਣ ਦੂਰੀਆਂ ਇੰਨੀਆਂ ਪਾ ਲਈਆਂ ਦਿਲਾਂ 'ਚ ਕਿ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਬਗਾਨੀਆਂ ਆ ਜਾਂਦੀਆਂ ਨਾ ਉਦੋਂ ਭੈਣ ਭਰਾ ਵਿੱਚ ਫਿੱਕ ਪੈ ਜਾਂਦੀ ਆ। ਜੇ ਇਹੀ ਚੱਜਦੀਆਂ ਹੋਣ ਤਾਂ ਕਿਉਂ ਅੱਡ ਹੁੰਦੇ, ਰਲ ਕੇ ਨਾ ਰਹਿੰਦੇ? ਵਿਆਹ ਤੋਂ ਪਹਿਲਾਂ ਵਧੀਆ ਰਹਿੰਦੇ ਸੀ ਦੋਨੇ ਭਰਾ, ਇੱਕ ਦੂਜੇ ਨੂੰ ਪੁੱਛ ਕੇ ਗੱਲ ਕਰਦੇ ਸੀ, ਅਤੇ ਹੁਣ ਪੁੱਛਣਾ ਤਾਂ ਦੂਰ ਦੀ ਗੱਲ, ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ। ਪਰ ਮੈਂ ਇਹਨਾਂ ਨੂੰ ਐਵੇਂ ਨਹੀਂ ਦੇਖ ਸਕਦੀ, ਮੈਂ ਇਹਨਾਂ ਨੂੰ ਇਕੱਠੇ ਕਰਕੇ ਹੀ ਰਹੂੰਗੀ। ਮੈਂ ਆਪਦੇ ਭਰਾ ਵਿੱਚ ਫਿੱਕ ਪੈਂਦੀ ਨਹੀਂ ਦੇਖ ਸਕਦੀ, ਜੇ ਐਂ ਚੱਲਦਾ ਰਿਹਾ ਨਾ ਤਾਂ ਦਿਨੋਂ ਦਿਨ ਇਹਨਾਂ 'ਚ ਹੋਰ ਵੈਰ ਪੈ ਜੂਗਾ। ਹੁਣ ਕੀ ਕਰਾਂ, ਮੈਨੂੰ ਹੀ ਕੁਛ ਕਰਨਾ ਪਊਗਾ, ਇਹਨਾਂ ਨੂੰ ਇਕੱਠੇ ਕਰਨਾ ਹੀ ਪੈਣਾ।